ਪੰਜਾਬ ਅਤੇ ਦਿੱਲੀ 'ਚ ਮਾਂ ਆਪਣੇ ਬੱਚੇ ਨੂੰ ਦੁਨੀਆਂ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ, ਏਕ ਥੀ ਕਾਂਗਰਸ। ਇਹਨੂੰ ਮੈਂ ਕਹਿਣਾ ਚਾਹੁੰਦਾ ਥੋਥਾ ਚਨਾ ਬਾਜੇ ਖਣਾ। ਉਹ ਮਿੱਤਰ ਪਿਆਰੇ, ਇੰਨਾ ਹੋਮਾ ਹੰਕਾਰ ਨਾ ਕਰ। ਅੱਜ ਸਾਡਾ ਮੁੱਖ ਮੰਤਰੀ ਕਹਿੰਦਾ ਏਕ ਥੀ ਕਾਂਗਰਸ। ਇਹਨੂੰ ਮੈਂ ਕਹਿਣਾ ਚਾਹੁੰਦਾ ਥੋਥਾ ਚਨਾ ਬਾਜੇ ਖਣਾ। ਤੂੰ ਗੱਲ ਕਿਹੜੀ ਕਰਦਾ ਮਿੱਤਰ ਪਿਆਰੇ, ਆਹ ਪਿਛਲੇ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਨੂੰ 5 ਕਰੋੜ ਵੋਟਾਂ ਪਈਆਂ, ਬੀਜੇਪੀ ਨਾਲੋਂ ਵੀ 10 ਲੱਖ ਵੋਟ ਜ਼ਿਆਦਾ ਪਈ ਹੈ, 614 ਇਹਦੇ MLA ਨੇ। ਅਤੇ ਅੱਜ ਕਾਂਗਰਸ ਦੀ ਅਗਰ ਤੂੰ ਗੱਲ ਕਰਦਾ ਤਾਂ ਤੁਹਾਨੂੰ ਉਹਨਾਂ 5 ਸਟੇਟਾਂ ਦੇ ਇਲੈਕਸ਼ਨਾਂ 'ਚੋਂ ਤੁਸੀਂ 3 'ਚ ਲੜੇ, ਤੁਹਾਨੂੰ 0.5% ਵੋਟ ਨਹੀਂ ਪਈ, 0.5% ਵੋਟ। ਅਤੇ ਤੂੰ ਆਪਦੇ ਆਪ ਨੂੰ ਇਹ ਦੱਸਦਾ ਵੀ ਤੂੰ ਨੈਸ਼ਨਲ ਪਾਰਟੀ ਦਾ ਚੀਫ ਮਿਨਿਸਟਰ ਹੈ, ਉਹ ਨੈਸ਼ਨਲ ਪਾਰਟੀ ਜਿਹਦੀ ਲੋਕ ਸਭਾ 'ਚ 1 ਸੀਟ ਹੈ, ਉਹ ਵੀ ਉਧਾਰੀ ਮੰਗੀ ਹੋਈ ਕਾਂਗਰਸ ਦੀ। ਉਹ ਮਿੱਤਰ ਪਿਆਰੇ, ਇੰਨਾ ਹੋਮਾ ਹੰਕਾਰ ਨਾ ਕਰ। ਹੋਮੇ ਹੰਕਾਰ ਵਾਲੇ ਇਸ ਧਰਤੀ 'ਤੇ ਰਹੇ ਨਹੀਂ ਅਤੇ ਤੈਂ ਵੀ ਨਹੀਂ ਰਹਿਣਾ।